बीते दिनों तो पंजाब च जहरीली शराब का मामला नवे ही चंचड़ा रहा। आए दिन जहरीली शराब नाल कई कई लोगों की मौत हो रही है। दूजे पासे हर सियासी पार्टी इस मामले ते रज के सियासत भी कर रही है, जिथे कैप्टन सरकार इस मामले च विरोधियों ने घेर रखी है, उत्थे ही कैप्टन साहब इस मामले च जांच का झांसा दई जा रहे हैं। तरन तारण विच जहरीली शराब पीन कारण हुण तक 42 लोगों की मौत हो चुकी है। श्रोमणी अकाली दल बादल के प्रधान सुखबीर सिंह बादल तरन तारण विच मृतक लोगों के परिवारों नाल दुख सांझा करन पहुंचे। इस मौके बादल साहब ने कैप्टन खिलाफ दहाड़ मारदिया कैप्टन के अस्तीफे की मांग की, नाल ही कैप्टन के लीडर से परचे दर्ज करने की भी मांग की। कैप्टन की कांग्रेस सरकार ਜਿੰਨੇ ਐਮ ਐਲ ਏ ਆ ਜਿਹੜੇ ਲਿਕਰ ਮਾਫੀਆ ਨਾਲ ਸ਼ਰਾਬ ਵੇਚਣ ਨਾਲ ਰਲੇ ਆ 5500 ਕਰੋੜ ਰੁਪਏ ਦਾ ਘਾਟਾ ਪੰਜਾਬ ਸਰਕਾਰ ਦੀ ਐਕਸਾਈਜ਼ ਡਿਪਾਰਟਮੈਂਟ ਨੂੰ ਕੀਤਾ ਇਹਨਾਂ ਨੇ। ਜਾਲੀ ਸ਼ਰਾਬ ਦੀਆਂ ਫੈਕਟਰੀਆਂ ਐਮ ਐਲ ਏ ਨੇ ਲਾਈਆਂ, ਫੈਕਟਰੀਆਂ ਫੜੀਆਂ ਵੀ ਗਈਆਂ, ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰ ਲੱਗੀ ਹੈ। ਇਨਫੋਰਸਮੈਂਟ ਡਾਇਰੈਕਟਰ ਈਡੀ ਨੇ ਕੇਸ ਕਾਗਜ਼ ਮੰਗੇ ਸੁਖਚੈਨ ਥੱਲੇਗਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਉਹਨਾਂ ਨੂੰ ਕਾਗਜ਼ ਦਿੱਤੇ ਹੈ, ਕਲੀਅਰ ਸਬੂਤ ਹੈ ਜੀ। ਮੈਂ ਪਿੱਛੇ ਜੀ ਕਿਹਾ ਸੀ ਕਿ ਬਹੁਤ ਵੱਡਾ ਨੁਕਸਾਨ ਕੈਪਟਨ ਸਾਹਿਬ ਤੁਸੀਂ ਕਰ ਦੇਣਾ ਜੀ, ਤੁਸੀਂ ਤਾਂ ਹੈਰਾਨ ਰਹਿ ਜਾਓਗੇ ਕਿ ਚੀਫ ਸੈਕਟਰੀ ਪੰਜਾਬ ਦਾ ਉਹਨੇ ਕੈਬਨਿਟ ਮੀਟਿੰਗ 'ਚ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਮਾਫੀਆ ਕਾਂਗਰਸ ਦੇ ਐਮ ਐਲ ਏ ਕਰੀ ਜਾਂਦੇ ਆ। ਅੱਜ ਹਾਲਾਤ ਸਾਹਮਣੇ ਆ ਕਿ ਅੱਜ ਮੈਂ ਤੁਹਾਨੂੰ ਸਹੀ ਦੱਸਾਂ 80-90 ਜਿਹੜੇ 70 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਕਾਂਗਰਸ ਨੇ ਕਰਾਈ ਹੈ, ਕਾਂਗਰਸ ਸਰਕਾਰ ਨੇ ਕਰਾਈ, ਕੈਪਟਨ ਸਾਹਿਬ ਨੇ ਕਰਾਈ ਹੈ। ਇੱਕੋ ਮਾਫੀਆ ਤੁਸੀਂ ਸਮਝਦੇ ਹੋ ਸਰ ਅੰਮ੍ਰਿਤਸਰ ਤਰਨ ਤਰਨ ਤਾਰਨ ਨੇ ਤੁਹਾਡੇ ਆਪਣੇ ਜਿਹੜੇ ਐਮ ਐਲ ਏ ਆ ਜਿਹੜੇ ਐਮ ਐਲ ਏ ਦੇ ਇੱਥੇ ਜਦੋਂ ਐਕਸਾਈਜ਼ ਡਿਪਾਰਟਮੈਂਟ ਨੇ ਰੇਡ ਕੀਤਾ ਜੀ ਲੋਕਾਂ ਨੂੰ ਜਿਨ੍ਹਾਂ ਨੇ ਸ਼ਰਾਬ ਵੇਚੀ ਫੜਾਉਣ ਦੀ ਬਜਾਏ ਐਕਸਾਈਜ਼ ਮਹਿਕਮੇ ਨੂੰ ਅੰਦਰ ਕਿਤੇ ਪਰਚਾ ਕਰਤਾ ਜੀ। ਕੀ ਕਾਰਵਾਈ ਅਫਸਰਾਂ ਨੂੰ, ਜਦੋਂ ਅਫਸਰਾਂ ਦੇ ਉੱਤੇ ਤੁਸੀਂ ਪਰਚਾ ਕਰੋਗੇ ਕਿ ਤੁਸੀਂ ਸ਼ਰਾਬ ਕਿਉਂ ਵੇਚਦੇ ਲੋਕਾਂ ਨੂੰ ਫੜਦੇ, ਤਾਂ ਫਿਰ ਸਰਕਾਰ ਨਾਂ ਦੀ ਕੀ ਚੀਜ਼ ਹੈ? ਕੈਪਟਨ ਸਾਹਿਬ ਦਾ ਅਸਤੀਫਾ ਹੋਣਾ ਚਾਹੀਦਾ, ਕਾਂਗਰਸ ਦੇ ਐਮ ਐਲ ਏ ਜਿੰਨੇ ਹੈ ਉਹਨਾਂ ਦੇ ਪਰਚਾ ਹੋਣਾ ਚਾਹੀਦਾ, ਮਜਿਸਟਰੇਟ ਇਨਕੁਆਇਰੀ ਕੋਈ ਇਨਕੁਆਇਰੀ ਨਹੀਂ ਹੈ। ਪਿੱਛੇ ਦੇ ਰੇਲ ਹਾਦਸੇ ਦੀ ਕਿੰਨੇ 100-125 ਲੋਕਾਂ ਦੀ ਜਾਨਾਂ ਗਈਆਂ, ਨਵਜੋਤ ਸਿੱਧੂ ਅਤੇ ਉਹਨਾਂ ਨੇ ਪਾਰਟੀ ਨੂੰ ਬਚਾਉਣ ਵਾਸਤੇ ਮਜਿਸਟਰ ਇਨਕੁਆਇਰੀ ਕਰ ਲਈ, ਮਜਿਸਟਰ ਨੇ ਕਹਿਤਾ ਸਾਰਾ ਕੁਝ ਠੀਕ ਕਰਕੇ, ਹੁਣ ਅੱਜ ਵੀ ਜਿਹੜੀ ਮਜਿਸਟਰ ਇਨਕੁਆਇਰੀ ਕੀਤੀ ਹੈ ਸਾਨੂੰ ਕੋਈ ਮਨਜ਼ੂਰ ਨਹੀਂ ਹੈ। ਮਜਿਸਟਰ ਇਨਕੁਆਇਰੀ ਦਾ ਮਤਲਬ ਹੈ ਕਾਂਗਰਸ ਦੇ ਮੰਤਰੀ ਦੇ ਐਮ ਐਲ ਏ ਨੂੰ ਬਚਾਉਣਾ, ਪਰ ਹੁਣ ਬਚ ਨਹੀਂ ਸਕਦੇ। ਜੇ ਹੁਣ ਕਹਿੰਦੇ ਬਚਾ ਲਓਗੇ ਕਿੰਨਾ, 2 ਮਹੀਨੇ ਬਾਅਦ ਬਚਾ ਲਓਗੇ, 6 ਮਹੀਨੇ ਬਾਅਦ, 1.5 ਸਾਲ ਬਾਅਦ ਜਦੋਂ ਸਰਕਾਰ ਬਦਲੀ, ਅਸੀਂ ਸਾਰਿਆਂ ਦੀ ਇਨਕੁਆਇਰੀ ਕਰਕੇ ਜਿਹੜੇ ਦੋਸ਼ੀਆਂ ਨੂੰ ਫੜ ਕੇ ਦੋ ਦੋ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਜੀ, 2 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ, ਕੀ ਲੱਗਦਾ ਹੈ ਸਭ ਤੋਂ? 2 ਲੱਖ ਪਹਿਲੇ, 1 ਲੱਖ ਗਿਆ ਤਾਂ ਅਨਾਊਂਸ, ਬਾਅਦ ਮੈਂ 2 ਲੱਖ ਕਰ ਦਿਆ, ਆਪ ਸਮਝਦੇ ਹੋ ਕਿਆ? ਘੱਟ ਤੋਂ ਘੱਟ 25-25 ਲੱਖ ਰੁਪਏ ਦੇਣਾ ਚਾਹੀਦਾ, ਜਿਹੜੇ ਖਜ਼ਾਨਾ ਲੁੱਟੀ ਜਾਂਦੇ ਹੈ, ਸਾਰੇ ਕਾਂਗਰਸ ਦੀਆਂ ਜੇਬਾਂ ਜਾ ਰਹੇ ਯਾਰ ਨੇ ਗਰੀਬ ਹੱਤਿਆ ਕੀਤੀ, ਗਰੀਬਾਂ ਦੀ ਹੱਤਿਆ ਕੀਤੀ ਕਾਂਗਰਸ ਕੈਪਟਨ ਸਾਹਿਬ, ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ